ਵੀ ਮਾਮੇ ਕੀ ਕੁਝ ਕਰਦੇ ਨੇ ਫਨ ਲਵਿੰਗ ਐਂਡ ਫੈਮਿਲੀ ਫਿਲਮ ਬਹੁਤ ਸੋਹਣੀ ਫਿਰ ਐਕਟਿੰਗ ਆ ਸਿੰਮੀ ਜ਼ੈਲ ਦੇ ਇਸ ਤਰ੍ਹਾਂ ਸੇਮ ਸੜੀ ਬਹੁਤ ਅੱਛੀ ਮੂਵੀ ਹੈ 10 out of 10 ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਵਰਲਡ ਬਾਲੀਵੁੱਡ ਤੇ ਮੈਂ ਤੁਹਾਡੇ ਨਾਲ ਨੇਹਾ ਰਾਜਪੂਤ ਸਿਨੇਮਾ ਘਰਾਂ ਦੇ ਵਿੱਚ ਤਰਸੇਮ ਜੱਸੜ ਦਾ ਰੇਡੀਓ ਵੱਜਣਾ ਹੋ ਗਿਆ ਸ਼ੁਰੂ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਉਹਨਾਂ ਦੀ ਨਵੀਂ ਰਿਲੀਜ਼ ਹੋਈ ਭੂਵੀ ਰੱਬ ਦਾ ਰੇਡੀਓ 2 ਦੀ ਤੇ ਆਓ ਤੁਹਾਨੂੰ ਵੀ ਲੈ ਚੱਲਦੇ ਹਾਂ ਪਟਿਆਲਾ ਦੇ ਫੂਲ ਥੀਏਟਰ ਦੇ ਵਿੱਚ ਤੇ ਦਰਸ਼ਕਾਂ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਉਹਨਾਂ ਤੋਂ ਕਿ ਉਹਨਾਂ ਨੂੰ ਇਹ ਫਿਲਮ ਕਿੱਦਾਂ ਦੀ ਲੱਗ ਰਹੀ ਹੈ ਇਹ ਤਾਂ ਚੰਦ ਤੋਂ ਆਈ ਆ ਭਾਬੀ ਨੂਰ ਰਾਣੀ ਮੈਨੂੰ ਤਾਂ ਬਹੁਤ ਹੀ ਪਿਆਰੀ ਲੱਗੀ ਬਹੁਤ ਵਧੀਆ ਜੀ ਕੀ ਮੈਸੇਜ ਸੀਗਾ ਫਿਲਮ ਦੇ ਵਿੱਚ ਫਿਲਮ ਦੇ ਵਿੱਚ ਕਿ ਸਾਰੀ ਫੈਮਿਲੀਜ਼ ਨੂੰ ਜੁੜ ਕੇ ਰਹਿਣਾ ਚਾਹੀਦਾ ਬਟਵਾਰਾ ਨਹੀਂ ਕਰਨਾ ਚਾਹੀਦਾ ਪਿਆਰ ਬਹੁਤ ਵਧੀਆ ਸੀ ਸਭ ਦੀ ਵਧੀਆ ਸੀ ਐਨ ਸਭ ਨੇ ਵਧੀਆ ਕੀਤੀ ਹੋਈ ਸੀ ਮੈਮ ਬਹੁਤ ਵਧੀਆ ਫਿਲਮ ਹੈ ਬਹੁਤ ਸੋਹਣੀ ਫਿਰ ਐਕਟਿੰਗ ਹੈ ਸਿੰਮੀ ਜ਼ੈਲ ਦੇ ਇਸ ਤਰ੍ਹਾਂ ਦੇ ਸੜੀ 5 out of 5 ਜੀ ਮੈਸੇਜ ਬਹੁਤ ਵਧੀਆ ਮੈਸੇਜ ਹੈ ਜੀ ਅੱਜ ਕੱਲ੍ਹ ਜਿੱਦਾਂ ਆਪਾਂ ਦੇਖਣ ਨੂੰ ਮਿਲਦਾ ਕਿ ਆਪਣੇ ਪਿੰਡਾਂ ਦੇ ਮਾਹੌਲ ਵਿੱਚ ਕੀ ਹੁੰਦਾ ਕਿ ਬਟਵਾਰੇ ਬਹੁਤ ਹੁੰਦੇ ਨੇ ਉਸ ਨੂੰ ਦਿਖਾਉਂਦੀ ਹੈ ਫਿਲਮ ਕਿ ਬਟਵਾਰਾ ਨਹੀਂ ਹੋਣਾ ਚਾਹੀਦਾ ਫੈਮਿਲੀ ਟਾਈਪ ਫੈਮਿਲੀ ਮੂਵੀ ਆ ਸਭ ਨੂੰ ਦੇਖਣਾ ਹੁੰਦਾ ਯਾਰ ਬਹੁਤ ਅੱਛੀ ਮੂਵੀ ਹੈ ਬਹੁਤ ਅੱਛੀ ਅੰਦਰ ਸੇਮ ਜੱਸੜ ਰਹੀ ਬਹੁਤ ਸਾਨੂੰ ਮੈਸੇਜ ਸਾਡਾ ਪੁਰਾਣਾ ਕਲਚਰ ਹੈ ਜੋ ਹੋਈ ਹੈ ਸਾਂਝ ਉਹੀ ਹੈ ਅੱਛਾ ਵੈਰੀ ਸੈਂਟੀਮੈਂਟਲ ਮੈਂ ਰੱਬ ਦਾ ਰੇਡੀਓ 2 ਬਹੁਤ ਵਧੀਆ ਨਾਨਕਾ ਪਰਿਵਾਰ ਦੇ ਵਧੀਆ ਬਣੀ ਹੋਈ ਆ ਵੀ ਮਾਮੇ ਕੀ ਕੁਛ ਕਰਦੇ ਨੇ ਉਹ ਬਹੁਤ ਕਹਾਣੀ ਸੋਹਣੀ ਉਹਨੇ ਬਣਾ ਕੇ ਜੱਸੜ ਨੇ ਲਾਈ ਹੋਈ ਆ ਵੀ ਨਾਨਕੇ ਆਹ ਕੁਝ ਵੀ ਬਟਵਾਰਾ ਜੋ ਘਰਦਾ ਵੀ ਕਿਵੇਂ ਪੈਂਦਾ ਕਿਵੇਂ ਛੁੱਟਦਾ ਮੂਵੀ ਵਧੀਆ ਸੀ ਜੀ ਸਟਾਰ ਤਾਂ 5 out of 5 ਹੈ ਜੀ ਗਾਣੇ ਠੀਕ ਸੀਗੇ ਕਿਉਂਕਿ ਮਤਲਬ ਇੰਨੇ ਬਹੁਤ ਵਧੀਆ ਨਹੀਂ ਪਰ ਸਟੋਰੀ ਲਾਈਨ ਵਧੀਆ ਸੀਗੀ ਜੀ ਹਾਂਜੀ ਘਰਾਂ ਨੂੰ ਜੋੜਦੀ ਆ ਚੰਗੀ ਗੱਲ ਆ ਬਹੁਤ ਸੋਹਣੀ ਹਾਂਜੀ ਹਾਂਜੀ ਆਪਣਾ ਸੱਭਿਆਚਾਰ ਹਾਂਜੀ ਹਾਂਜੀ ਬਹੁਤ ਅੱਛਾ 5 stars ਜੱਸੜ ਸਿੰਮੀ ਬਹੁਤ ਫਨ ਲਵਿੰਗ ਐਂਡ ਫੈਮਿਲੀ ਫਿਲਮ ਬਹੁਤ ਵਧੀਆ ਲੱਗੀ ਜੀ ਪਰਿਵਾਰਕ ਫਿਲਮ ਆ ਸਾਰੇ ਪਰਿਵਾਰ ਨੂੰ ਬਹੁਤ ਵਧੀਆ ਅੱਛੀ ਲੱਗੀ ਬਹੁਤ ਵਧੀਆ ਲੱਗੀ ਜੀ ਹਾਂਜੀ ਬਹੁਤ ਵਧੀਆ ਸੀ ਫੈਮਿਲੀ ਐਮ ਦੇ ਤਰਸੇਮ ਜੱਸੜ ਬਹੁਤ ਵਧੀਆ ਸੀ ਵਧੀਆ 5 ਮੈਂ ਵਧੀਆ ਫੈਮਿਲੀ ਓਰੀਐਂਟਡ ਮੂਵੀ ਹੈ ਕਿਵੇਂ ਆਪਾਂ ਫੈਮਿਲੀ 'ਚ ਰਹਿਣਾ ਅਤੇ ਸਭ ਨੂੰ ਦੇਖਣੀ ਚਾਹੀਦੀ ਹੈ ਫੈਮਿਲੀ ਨੇ ਦੇਖਣੀ ਚਾਹੀਦੀ ਜੁਆਇੰਟ ਫੈਮਿਲੀ ਦਾ ਮੈਸੇਜ ਸੀਗਾ ਜਿਹੜਾ ਅੱਜ ਕੱਲ੍ਹ ਅਲੋਪ ਹੋ ਚੁੱਕਿਆ ਆਪਣੇ ਸਾਰੇ ਅਲੱਗ ਅਲੱਗ ਲਿਮਿਟਡ ਜੇ ਰਹਿਣਾ ਪਸੰਦ ਕਰਦੇ ਨੇ ਉਹਦੇ ਵਿੱਚ ਦੱਸੇਗਾ ਵੀ ਜੁਆਇੰਟ ਫੈਮਿਲੀ ਦੇ ਵਿੱਚ ਰਹਿਣਾ ਕਿੰਨਾ ਵਧੀਆ ਰਹਿੰਦਾ ਆਪਾਂ ਨੂੰ 5 out of 5 10 out of 10 ਜਿੰਨੇ ਲਾਓਗੇ ਤੁਸੀਂ ਪੂਰੀ ਵਧੀਆ ਮੂਵੀ ਫੈਮਿਲੀ ਮੂਵੀ ਮੂਵੀ ਬਹੁਤ ਸੋਹਣੀ ਹੈ ਜੀ ਹਾਂਜੀ ਜੱਸੜ ਭਾਜੀ ਦੀ ਸੋਹਣੀ ਸੀਗੀ ਮੈਨੂੰ ਤਾਂ ਐਕਟਿੰਗ ਲੱਗੀ ਗਾਣੇ ਸਿਰਾ ਸੀਗੇ ਐਂਡ 10 out of 10 ਵੈਲਕਮ ਫਿਲਮ ਦੇਖਣ ਤੋਂ ਬਾਅਦ ਤੇ ਦਰਸ਼ਕਾਂ ਦੇ ਰਿਵਿਊ ਜਾਣਨ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਕਿ ਤਰਸੇਮ ਜੱਸੜ ਦੀ ਰੱਬ ਦਾ ਰੇਡੀਓ 2 ਜ਼ੋਰਾਂ ਸ਼ੋਰਾਂ ਤੇ ਵੱਜ ਰਹੀ ਹੈ ਜਾਨੀ ਕਿ ਫਿਲਮ ਦੀ ਸਟੋਰੀ ਫਿਲਮ ਦੇ ਗਾਣੇ ਤੇ ਅਦਾਕਾਰਾਂ ਦੀ ਅਦਾਕਾਰੀ ਦਰਸ਼ਕਾਂ ਨੂੰ ਖੂਬ ਭਾ ਰਹੀ ਹੈ ਤੇ ਐਂਟਰਟੇਨਮੈਂਟ ਦੀ ਹੋਰ ਜਾਣਕਾਰੀ ਦੇ ਲਈ ਦੇਖਦੇ ਰਹੋ ਵਰਲਡ ਬਾਲੀਵੁੱਡ